ਪਹਿਲਾ ਨਕਸ਼ਾ ਕੀ ਸੀ ਹਿੰਦੁਸਤਾਨ ਦਾ ਤੇ ਵਿਸਾਖੀ ਤੋਂ ਬਾਅਦ ਹਜ਼ੂਰ ਨੇ ਨਕਸ਼ਾ ਕਿਹੋ ਜਿਹਾ ਬਦਲਿਆ? ਆਪਦੇ ਪਿਆਰ ਦਾ ਸਦਕਾ ਜੇ ਆਪ ਧਿਆਨ ਨਾਲ ਇਸ ਪਾਸੇ ਧਿਆਨ ਦੇ ਕੇ ਸੁਣੋਗੇ ਤਾਂ ਸਾਨੂੰ ਵੀ ਕੁਝ ਦੱਸਣ ਦਾ ਆਨੰਦ ਆਏਗਾ। ਸੋ ਸਾਬਿਤ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਧਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾਵਾਂ ਦੇ ਭੰਡਾਰ ਵਿੱਚੋਂ ਜੋ ਹਜ਼ੂਰ ਨੇ ਆਪਣਾ ਆਪ ਦਰਸਾਇਆ ਕਿ ਮੈਨੂੰ ਕਿਸ ਲਈ ਇਸ ਸੰਸਾਰ 'ਤੇ ਭੇਜਿਆ ਗਿਆ, ਮੈਂ ਕਿਉਂ ਆਇਆ ਹਾਂ, ਪਿਆਰ ਨਾਲ ਸ਼ਰਪਣ ਕਰੋ ਜੀ। ਜਗਤ ਮੋਹ ਆਏ ਹਮ
ਜਾਣਨ ਵਾਲਿਆਂ ਦੀ ਸੇਵਾ 'ਚ ਇਹ ਰਾਗ ਹੈ।
जौनपुरी आसावरी राग श्री गुरु ग्रंथ साहब जी दे अंदर हजूर ने रखा ते ओदे नाल दा राग ए है जौनपुरी प्यार ना शब्द संत बार दोस्त अपनी मुबारक कलम ना लिख गए ने आप लिख दे ने के जदो मैनू संसार दे अंदर इस मात लोक विच आउण दी आज्ञा होई ता ड्यूटी दित्ती गई। ड्यूटी की सी के तुसी धर्म का विस्तार करना है। मैं जिन्हें आज तो पहला लोक भेजे ने उन्हें सारे ने अपना अपना नाम जपाना शुरू किया। किसी ने आख्या तुसी मेरे कोल आओ तो मैं तुहाडे सारे ही गुनाह बख्शा देंगा। तुसी मेरे कोल आओ मेरे ते भरोसा लियाओ मेरे ते विश्वास रखो ते मेरे को इस विश्वास नाल आओ तो मैं तुहाडे सारे गुनाह जिहड़े ने ओह खुदा तो माफ करवा देंगा। किसे ने ए आख्या किसे ने कुछ आख्या किसे ने कुछ आख्या हर एक ने अपना अपना धर्म अपना अपना नाम जे योगियां नूं भेजिया ਤਾਂ ਯੋਗੀਆਂ ਨੇ ਆਖਿਆ ਤੁਸੀਂ ਯੋਗੀਆਂ ਦੇ ਆਗੂ ਨੇ ਆਖਿਆ ਤੁਸੀਂ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਉਸ ਸੱਚੀ ਦਰਗਾਹ 'ਚ ਪ੍ਰਵਾਨ ਕਰਵਾ ਦਿਆਂਗਾ। ਤਾਂ ਉਹਨਾਂ ਨੇ ਕੀ ਕੀਤਾ ਰਾਜਿਆਂ ਨੂੰ ਪੜ ਕੇ ਭਿਖਾਰੀ ਬਣਾ ਦਿੱਤਾ ਦਰ ਦਰ ਦੇ ਮੰਗਤੇ ਬਣਾ ਦਿੱਤਾ। ਸਾਡੇ ਸਾਹਮਣੇ ਰਾਜਾ ਪਰਥਰੀ ਦੀ ਮਿਸਾਲ ਕਾਇਮ ਹੈ। ਉਸਦੇ ਕੰਨ 'ਚ ਕੰਨਾਂ 'ਚ ਮੁੰਦਰਾਂ ਪਾ ਕੇ ਉਹਦਾ ਰਾਜ ਭਾਗ ਸਾਰਾ ਛਡਵਾ ਕੇ ਦਰ ਦਰ ਦੇ ਮੰਗਤਾ ਬਣਾ ਦਿੱਤਾ। ਤੋ ਅਕਾਲ ਪੁਰਖ ਨੇ ਆਖਿਆ ਤੂੰ ਮੇਰੀ ਜਾਣਕਾਰੀ ਮੇਰੀ ਸੋਝੀ ਮੇਰਾ ਜੋ ਮੇਰੀ ਪਰੰਪਰਾ ਹੈ ਉਸ ਨੂੰ ਸੰਸਾਰ ਦੇ ਅੰਦਰ ਪ੍ਰਚਾਰਨਾ ਹੈ। ਤਾਂ ਹਜ਼ੂਰ ਨੇ ਆਖਿਆ ਜਦੋਂ ਇਹ ਹੁਕਮ ਹੋਇਆ ਤਾਂ ਮੈਂ ਆਖਿਆ ਠਾਂਡ ਭੈਓ ਮੈਂ ਜੋੜ ਕਰ ਮੈਂ ਹੱਥ ਜੋੜ ਕੇ ਖੜਾ ਹੋ ਕੇ ਬੇਨਤੀ ਕੀਤੀ ਕਿ ਠਾਂਡ ਭੈਓ ਮੈਂ ਜੋੜ ਕਰ ਬਚਨ ਕਹਾ ਸਿਰ ਨਿਆਏ ਸਿਰ ਨੀਵਾ ਕਰਕੇ ਝੁਕ ਕੇ ਬਚਨ ਕੀਤਾ। ਠਾਣ ਪਿਓ ਮੈਂ ਜੋਰ ਕਰ ਬਚਨ ਕਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੂੰ ਕਰੋ ਸਹਾਰਾ। ਆਪ ਜੀ ਦੀ ਬਖਸ਼ਿਸ਼ ਨਾਲ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੀ ਰਹਿਮਤ ਨਾਲ ਮੈਂ ਪੰਥ ਦੀ ਸਾਜਨਾ ਕਰ ਸਕਾਂਗਾ। ਤੋ ਅੱਜ ਮੰਗ ਕਰਦੇ ਨੇ
ਅੱਜ ਦੀ ਵਿਸਾਖੀ ਦਾ ਜੋ ਤਿਉਹਾਰ ਹੈ, ਹਜ਼ੂਰ ਆਗਿਆ ਪਾ ਕੇ ਸੰਸਾਰ ਅੰਦਰ ਆਏ। ਹਰ ਸਮੇਂ ਵਿੱਚੋਂ ਗੁਜ਼ਰੇ ਤਾਂ ਇੱਥੇ ਜਿਹੜੀ 1699 ਦੀ ਵਿਸਾਖੀ 'ਤੇ ਆ ਕੇ ਉਹ ਜੋ ਬਚਨ ਹਜ਼ੂਰ ਨੂੰ ਹੋਏ ਸੀ ਪੰਥ ਚਲਾਉਣ ਦੇ, ਅੱਜ ਉਹਦੀ ਆਰੰਭਤਾ ਹੈ। ਤਾਂ ਅੱਜ ਸਭ ਤੋਂ ਪਹਿਲਾਂ ਹਜ਼ੂਰ ਬੇਨਤੀ ਕਰਦੇ ਨੇ, ਮੇਰੇ ਦਾਤਾਰ ਸਾਈ, ਸੂਰਜਾਂ ਦੇ ਸੂਰਜ, ਚੰਦਰਮਾ ਦੇ ਚੰਦਰ, ਮੇਰੇ 'ਤੇ ਕਿਰਪਾ ਕਰੋ ਕਿ ਰੱਬ ਹੇ ਸੱਸ ਹੇ ਰੱਬ ਹੇ ਸੱਸ ਚੇ
सबे बिनती सुन लीजे और न मांगत हूँ तुम दे कच चाहत हूँ चित में सोई कीजे ਵਿਸਾਖੀ ਮਨਾਈ ਜਾਂਦੀ ਸੀ ਢੋਲ ਧਮਾਕਿਆਂ ਦੇ ਨਾਲ। ਮੈਨੂੰ ਵੀ ਯਾਦ ਹੈ ਕਿ ਜਦੋਂ ਛੋਟੇ ਛੋਟੇ ਹੁੰਦੇ ਸੀ ਤਾਂ ਕਹਿੰਦੇ ਸੀ ਵਸੋਆ ਨਹਾਉਣ ਜਾਣਾ, ਦਰਿਆਵਾਂ 'ਤੇ ਨਹਾਉਣ ਜਾਂਦੇ ਸੀ ਲੋਕ। ਇਹ ਵਿਸਾਖੀ ਮਨਾਈ ਜਾਂਦੀ ਸੀ ਹਰ ਪੱਖ ਦੇ ਨਾਲ। ਕਿਸਾਨ ਫਸਲਾਂ ਨੂੰ ਜਵਾਨ ਦੇਖ ਕੇ ਕਿਸਾਨਾਂ ਦੇ ਚਿਹਰਿਆਂ 'ਤੇ ਲਾਲੀਆਂ ਖਿੜ ਉੱਠਦੀਆਂ ਨੇ ਅਤੇ ਇਸ ਵਿਸਾਖੀ ਨੂੰ ਉਹ ਫਸਲਾਂ ਨੂੰ ਕਟਾਈ ਸ਼ੁਰੂ ਹੁੰਦੀ ਹੈ। ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਨੇ ਵੀ ਇਸ ਸੁਭਾਗੇ ਦਿਨ ਨੂੰ ਚੁਣਿਆ। ਸੁਭਾਗੇ ਦਿਨ ਨੂੰ ਹਜ਼ੂਰ ਨੇ ਚੁਣਿਆ ਅਤੇ ਹੁਣ
ਹਿੰਦੁਸਤਾਨ ਦਾ ਨਕਸ਼ਾ ਕੀ ਸੀ ਉਸ ਤੋਂ ਪਹਿਲਾਂ? ਵਿਸਾਖੀਆਂ ਉਦੋਂ ਵੀ ਆਉਂਦੀਆਂ ਸੀ, ਪਰ ਗੁਲਾਮ ਹਿੰਦੁਸਤਾਨ ਦੇ ਉੱਤੇ ਗੁਲਾਮੀ ਦੀ ਛੱਟ ਜਿਹੜੀ ਤਕਰੀਬਨ 700-800 ਸਾਲ ਤੋਂ ਪਈ ਹੋਈ ਸੀ, ਹਿੰਦੁਸਤਾਨ ਗੁਲਾਮ ਸੀ, ਜਰਵਾਣੀਆਂ ਦੀ ਹਕੂਮਤ ਸੀ, ਕਦੇ ਲੋਧੀ ਆ ਗਏ, ਕਦੇ ਕੋਈ ਆ ਗਏ, ਕਦੇ ਕੋਈ ਆ ਗਏ, ਤੇ ਕਦੇ ਮੁਗਲ ਆ ਗਏ। ਮੁਗਲਾਂ ਨੇ ਆ ਕੇ ਹਿੰਦੁਸਤਾਨ ਦਾ ਜੋ ਹਾਲ ਕੀਤਾ ਉਹ ਬੜਾ ਤਰਸਯੋਗ ਹੈ। ਹਮਲਾਵਰ ਆਉਂਦੇ ਨੇ, ਕਾਬਲ ਵੱਲੋਂ ਹਮਲਾਵਰ ਆਉਂਦੇ ਨੇ, ਹਿੰਦੁਸਤਾਨ ਦੀਆਂ ਬਹੂ ਬੇਟੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਨੇ। 16-16, 18-18 ਸਾਲ ਦੀਆਂ ਕੁੜੀਆਂ ਕਾਬਲ ਦੇ ਗਜ਼ਨੀ ਦੇ ਬਾਜ਼ਾਰ ਦੇ ਵਿੱਚ 2-2 ਪੈਸੇ ਤੋਂ ਵੇਚੀਆਂ ਜਾਂਦੀਆਂ ਸੀ। ਇਹ ਸੀ ਹਿੰਦੁਸਤਾਨ ਦਾ ਹਾਲ। ਤੋ ਜੋ ਹਿੰਦੁਸਤਾਨ ਦੇ ਵੀਰ ਸੀ, ਉਹਨਾਂ ਬੱਚਿਆਂ ਦੇ ਭਰਾ ਸੀ, ਜਾਂ ਉਹਨਾਂ ਦੇਵੀਆਂ ਦੇ ਪਤੀ ਸੀ, ਜਾਂ ਮਾਵਾਂ ਦੀਆਂ ਧੀਆਂ ਸੀ, ਉਹਨਾਂ ਦਾ ਕੋਈ ਵੱਸ ਨਹੀਂ ਸੀ ਚੱਲਦਾ। ਕਹਿੰਦੇ ਨੇ ਜਦੋਂ ਤੈਮੂਰ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ, ਇਤਿਹਾਸ ਕਹਿੰਦਾ ਬਦਲਣਾ ਹੈ। ਚਮਕਦੀ ਹੋਈ ਤੇਗ ਨੂੰ ਫੜ ਕੇ ਹਜ਼ੂਰ ਲਲਕਾਰ ਰਹੇ ਨੇ ਕਿ ਉਹ ਆਪੋ ਸਾਹਮਣੇ ਮੇਰੇ ਜਿਹਨੂੰ ਸਿਰ ਦੇਣ ਦਾ ਚਾਹ ਹੈ, ਉਹ ਆਪੋ ਸਾਹਮਣੇ ਤੇਰੇ ਜਿਹਨੂੰ ਸਿਰ ਦੇਣ ਦਾ ਚਾਹ ਹੈ, ਕਿਸੇ ਸ਼ਮਸ਼ੀਰ ਚਾਹੁੰਦਾ, ਕਿਸੇ ਦੇ ਖੂਨ ਵਿੱਚ ਮੈਂ ਰੰਗਣੀ ਸ਼ਮਸ਼ੀਰ ਚਾਹੁੰਦਾ।
ਸਿਰ ਦੇਣ ਦਾ ਚਾਅ ਹੈ। ਦੂਸਰੀ ਗੱਲ ਉਹਨਾਂ ਨੇ ਕੀ ਆਖੀ, ਸੰਗਤ ਜੀ ਉਹ ਖਾਲਸਾ ਜੀ ਮੇਰਾ ਉਹ ਦਿਲ ਨਹੀਂ ਜਿਹੜਾ ਧੜਕ ਜਾਏਗਾ, ਕੀਤੀ ਗਈ ਤਾਂ ਜ਼ਰੂਰੀ ਗੱਲ ਸੀ ਕਿ ਸੰਗਤ ਦੇ ਅੰਦਰ ਸੰਨਾਟਾ ਛਾ ਗਿਆ। ਕਿਸੇ ਨੇ ਕੁਝ ਕਿਆਮ, ਕਿਸੇ ਨੇ ਕੁਝ ਕਿਆਫੇ ਲਾਉਣੇ ਸ਼ੁਰੂ ਕਰ ਦਿੱਤੇ, ਕਿਸੇ ਨੇ ਕੁਛ ਆਖਿਆ, ਕਿਸੇ ਨੇ ਕੁਛ ਆਖਿਆ, ਕਿਸੇ ਨੇ ਆਖਿਆ ਇਹਨੂੰ ਚੰਡੀ ਪੁੱਠੀ ਪੈ ਗਈ, ਚੰਡੀ ਦੇਵੀ, ਕਿਸੇ ਨੇ ਆਪਣੇ ਆਪਣੇ ਖਿਆਲਾਂ ਮੁਤਾਬਕ ਹਰ ਇੱਕ ਨੇ ਕਿਆਫੇ ਲਾਉਣੇ ਸ਼ੁਰੂ ਕੀਤੇ। ਸੰਗਤ ਜੀਓ, ਜਿਸ ਵੇਲੇ ਸਿਰ ਦੀ ਮੰਗ ਕੀਤੀ ਗਈ, ਬਖਸ਼ਿਆ ਹੋਇਆ ਗੁਰੂ ਦਾ ਪਿਆਰ ਵਿੱਚ ਰੰਗਿਆ ਹੋਇਆ ਭਾਈ ਦਇਆ ਰਾਮ ਜੀ ਸਾਹਮਣੇ ਆਇਆ। ਇੱਕ ਮੈਂ ਅੱਜ ਚੀਜ਼ ਹੋਰ ਆਪ ਜੀ ਨਾਲ ਸਾਂਝੀ ਕਰਾਂ। ਅੱਜ ਤੱਕ ਆਪਾਂ ਬਹੁਤ ਸਾਰੇ ਅਸੀਂ ਵੀ ਸਟੇਜਾਂ ਤੋਂ, ਪ੍ਰਚਾਰਕਾਂ ਤੋਂ ਇਹ ਗੱਲ ਸੁਣਦੇ ਆਏ ਹਾਂ ਕਿ ਸੰਗਤ ਦੇ ਵਿੱਚ ਜਦੋਂ ਹਜ਼ੂਰ ਨੇ ਐਲਾਨ ਕੀਤਾ ਤੇ ਸੰਗਤ ਵਿੱਚੋਂ ਇਹ ਪੰਜ ਦੇ ਪੰਜ ਜਿਹੜੇ ਸੀ ਸੰਗਤ ਵਿੱਚੋਂ ਵਾਰੀ ਵਾਰੀ ਉੱਠੇ। ਦਰਅਸਲ ਇਹ ਜਿਹੜੇ ਉੱਠੇ ਨੇ ਪੰਜ ਪਿਆਰੇ ਜਿਹਨਾਂ ਨੂੰ ਹਜ਼ੂਰ ਨੇ ਸਾਜਿਆ, ਇਹਨਾਂ ਦਾ ਪਿਛੋਕੜ ਇਹ ਹੈ। ਕਦੀ ਫੇਰ ਸਮਾਂ ਮਿਲਿਆ ਤਾਂ ਮੈਂ ਇਸ ਇਤਿਹਾਸ ਨੂੰ ਆਪ ਜੀ ਦੇ ਨਾਲ ਸਾਂਝਾ ਕਰਾਂਗਾ, ਆਪ ਜੀ ਨੂੰ ਯਤਨ ਕਰਾਂਗਾ ਇਸ ਇਤਿਹਾਸ ਤੋਂ ਜਾਣੂ ਕਰਵਾਉਣ ਦਾ। ਜਿਹੜੇ ਇਹਨਾਂ ਦੇ ਪਿਤਾ ਪਿਤਾਂਬਰ, ਇਹਨਾਂ ਦੇ ਵੱਡੇ ਵਡੇਰੇ ਗੁਰੂ ਘਰ ਦੇ ਸੇਵਾਦਾਰ ਸੀ ਪਹਿਲਾਂ ਤੋਂ, ਔਰ ਇਹ ਜਿਹੜੇ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਜਿਹੜੇ ਸੀ, ਇਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਾਫੀ ਦੇਰ ਤੋਂ ਸੇਵਾ ਕਰ ਰਹੇ ਸੀ। ਇਹਦਾ ਇੱਕ ਪ੍ਰੂਫ ਸਾਡੇ ਸਾਹਮਣੇ ਸਬੂਤ ਆਉਂਦਾ ਹੈ।
ਕਿ ਜਿਸ ਵੇਲੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਹਜ਼ੂਰ ਨੇ ਆਪ ਅੰਮ੍ਰਿਤ ਛਕਣ ਲਈ ਮੰਗ ਕੀਤੀ। ਆਪਣੇ ਸੁਣਿਆ ਹੈ ਨਾ ਕਿ ਇਹਨਾਂ ਨੇ ਅੰਮ੍ਰਿਤ ਤਿਆਰ ਕਰਕੇ ਗੁਰੂ ਸਾਹਿਬ ਨੂੰ ਫਿਰ ਅੰਮ੍ਰਿਤ ਇਹਨਾਂ ਪੰਜਾਂ ਨੇ ਛਕਾਇਆ। ਹੁਣ ਜੇ ਆਮ ਸੰਗਤ ਵਿੱਚੋਂ ਉੱਠ ਕੇ ਆਮ ਬੰਦੇ ਸਾਹਮਣੇ ਆਏ ਹੁੰਦੇ ਤਾਂ ਉਹਨਾਂ ਦੀ ਇਹ ਬਾਣੀ ਨਾ ਸੀ ਯਾਦ। ਇਹ ਬਾਣੀ ਤੋਂ ਜਾਣੂ ਬਾਣੀ ਦੇ ਪੜ੍ਹਨ ਵਾਲੇ ਨਿਤਨੇਮ ਕਰਨ ਵਾਲੀਆਂ ਇਹ ਵਿਅਕਤੀਆਂ ਸੀ, ਇਹ ਉਹ ਹਸਤੀਆਂ ਸੀ ਜਿਹਨਾਂ ਨੇ ਜਿਹੜੀਆਂ ਨਾਮ ਬਾਣੀ ਦੇ ਨਾਲ ਰੰਗੀਆਂ ਹੋਈਆਂ ਸੀ। ਉਹ ਉੱਠ ਉੱਠ ਕੇ ਵਾਰੀ ਵਾਰੀ ਜਦੋਂ ਪਹਿਲਾ ਸੀਸ ਸਾਹਮਣੇ ਆਇਆ ਹਜ਼ੂਰ ਨੇ ਬੜੇ ਜੋਸ਼ ਨਾਲ, ਏਦਾਂ ਨਹੀਂ ਪਿਆਰ ਨਾਲ, ਬੜੇ ਜੋਸ਼ ਨਾਲ ਬਾਹੋਂ ਫੜ ਕੇ ਤੰਬੂ ਨੂੰ ਧੂਕੇ ਲੈ ਗਏ ਤੇ ਤੇਗ ਚੱਲਣ ਦੀ ਆਵਾਜ਼ ਵੀ ਸੁਣੀ ਲੋਕਾਂ ਨੇ ਤੇ ਖੂਨ ਦੀ ਧਾਰ ਵੀ ਤੰਬੂ ਤੋਂ ਬਾਹਰ ਆ ਗਈ। ਜਿਸ ਨੇ ਆ ਕੇ ਫਿਰ ਦੂਜੇ ਉਸ ਖੂਨ ਨਾਲ ਭਿੱਜੀ ਹੋਈ ਤਲਵਾਰ ਲੈ ਕੇ ਫਿਰ ਸਾਹਮਣੇ ਆਏ, ਫਿਰ ਤਾਂ ਸੰਗਤ ਜੀ ਲੋਕ ਜਿਹੜੇ ਸੀਗੇ ਜਿਹਨੂੰ ਆਪਾਂ ਕਹਿ ਲਈਏ ਵੀ ਉਹ ਕੱਚੇ ਕੱਚੇ ਸੀਗੇ, ਉਹ ਇੰਨੇ ਜ਼ੋਰ ਨਾਲ ਜਿੱਧਰ ਜਿੱਧਰ ਨੂੰ ਕਿਸੇ ਦਾ ਮੂੰਹ ਆਇਆ ਉੱਠ ਕੇ ਦੌੜ ਤੁਰੇ। ਗੁਰੂ ਸਿੰਘ ਸਿਰ ਪੱਟਣ ਲੱਗ ਗਿਆ ਸੀ, ਗੁਰੂ ਇਹ ਤਾਂ ਕਦੀ ਗੁਰੂ ਘਰ 'ਚ ਹੋਈ ਨਹੀਂ ਗਾ। ਖੈਰ ਆਪਣੇ ਆਪਣੇ ਜਿੱਧਰ ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ ਉੱਧਰ ਉੱਧਰ ਨੂੰ ਭੱਜ ਗਏ ਤੇ ਪਰ ਬਹੁਤ ਥੋੜ੍ਹੇ ਜਿਹੜੇ ਸਿਦਕੀ ਸੀ ਉਹ ਨਹੀਂ ਟੁਰਦੇ, ਉਹ ਉੱਥੇ ਹਾਜ਼ਰ ਰਹੇ, ਉਸ ਪੰਡਾਲ ਦੇ ਅੰਦਰ ਹਾਜ਼ਰ ਰਹੇ ਕਿਉਂਕਿ ਉਹਨਾਂ ਨੂੰ ਗੁਰੂ ਦੀ ਬਰਕਤ ਦਾ ਪਤਾ ਹੈ ਕਿ ਗੁਰੂ ਸਮਰੱਥ ਹੈ, ਗੁਰੂ ਜੋ ਚਾਹੇ। ਬਾਣੀ ਦੇ ਅੰਦਰ ਆਉਂਦਾ ਨਾ ਸਤਿਗੁਰੂ ਮੇਰਾ ਮਾਰ ਜਿਵਾਲੇ, ਸਤਿਗੁਰੂ ਮੇਰਾ ਸਰਬ ਪ੍ਰਤਪਾਲੇ, ਸਤਿਗੁਰੂ ਮੇਰਾ ਮਾਰ ਜਿਵਾਲੇ। ਸੰਗਤ ਦੇ ਵਿੱਚ ਐਸੇ ਸਿਦਕੀ ਉਸ ਵੇਲੇ ਕਾਇਮ ਸੀ ਜਿਹੜੇ ਨਹੀਂ ਡੁੱਲੇ। ਇਸੇ ਤਰ੍ਹਾਂ ਫਿਰ ਦੂਸਰੇ ਸਿਰ ਦੀ ਵੰਗ ਹੋਈ, ਫਿਰ ਤਿੰਨ, ਤੀਸਰਾ, ਚੌਥ, ਵਾਰੀ ਵਾਰੀ ਪੰਜ ਸਿਰ ਹਜ਼ੂਰ ਨੇ ਸੰਗਤ ਦੇ ਸਾਹਮਣੇ ਮੰਗ ਕੀਤੀ ਔਰ ਪੰਜਾਂ ਨੂੰ ਝਟਕਾਉਂਦੇ ਸਾਹਮਣੇ ਖੂਨ ਦੀਆਂ ਧਾਰਾਂ ਆਈਆਂ। ਤਾਂ ਸੰਗਤ ਜੀਓ ਫਿਰ ਥੋੜ੍ਹੀ ਦੇਰ ਤੋਂ ਬਾਅਦ ਉਹਨਾਂ ਪੰਜਾਂ ਨੂੰ ਆਪਣੇ ਵਰਗੀ ਪੋਸ਼ਾਕ ਨਾਲ ਪੰਜਾਂ ਦੇ ਜਦੋਂ ਤੰਬੂ ਚੋਂ ਬਾਹਰ ਆਏ ਤਾਂ ਸੰਗਤਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹਿ ਗਈ। ਪੰਥ ਪੈਦਾ ਕੀਤਾ ਗਿਆ। ਉਸ ਤੋਂ ਬਾਅਦ ਹਜ਼ੂਰ ਨੇ ਹੱਥ ਜੋੜ ਕੇ ਉਹਨਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਮੰਗ ਕੀਤੀ ਤੇ ਪੰਜਾਂ ਉਹਨਾਂ ਨੇ ਭਾਈ ਦਇਆ ਸਿੰਘ ਜੀ ਨੇ ਆਖਿਆ, ਬਾਦਸ਼ਾਹ ਅਸੀਂ ਆਪ ਜੀ ਨੂੰ ਅੰਮ੍ਰਿਤ ਛਕਾਈਏ, ਹਾਂ ਤੁਸੀਂ ਅੰਮ੍ਰਿਤ, ਮੈਂ ਜਿਵੇਂ ਤੁਹਾਨੂੰ ਛਕਾਇਆ ਤੁਸੀਂ ਇੱਦਾਂ ਹੁਣ ਮੈਨੂੰ ਅੰਮ੍ਰਿਤ ਛਕਾਓ। ਦਰਅਸਲ ਇੱਕ ਖਾਲਸਾ ਫੌਜ ਤਿਆਰ ਕੀਤੀ ਗਈ ਜਿਸ ਨੂੰ ਆਖਿਆ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਆਖੇ ਉਸ ਫੌਜ ਦਾ ਪਹਿਲਾ ਸਿਪਾਹੀ ਮੈਨੂੰ ਦਾਖਲ ਕਰੋ, ਮੈਨੂੰ ਸ਼ਾਮਲ ਕਰੋ ਉਸ ਫੌਜ ਅੰਦਰ। ਤੇ ਉਹਨਾਂ ਦੇ ਜਥੇਦਾਰ ਨੇ ਆਖਿਆ ਇਹ ਅੰਮ੍ਰਿਤ ਸਾਨੂੰ ਸਸਤਾ ਨਹੀਂ ਮਿਲਿਆ, ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆ ਤੇ ਤੁਸੀਂ ਇਸ ਅੰਮ੍ਰਿਤ ਦੇ ਵੱਟੇ 'ਚ ਸਾਨੂੰ ਕੀ ਦਿਓਗੇ? ਜੇ ਤੁਸੀਂ ਆਪਣਾ ਸੀਸ ਦੇ ਦਿਓ ਤਾਂ ਫਿਰ ਉਹ ਤਾਂ ਅਸੀਂ ਵੀ ਦਿੱਤੇ ਆ। ਸਾਹਿਬਾਂ ਨੇ ਆਖਿਆ ਅੱਛਾ ਤੁਸੀਂ ਆਪਣੇ ਪੰਜ ਸੀਸ ਮੈਨੂੰ ਭੇਟਾ ਕੀਤੇ ਨੇ, ਮੈਂ ਪੰਥ ਦੀ ਭੇਟਾ ਸਾਰੇ ਦਾ ਸਾਰਾ ਪਰਿਵਾਰ ਕਰ ਦਿਆਂਗਾ, ਮੇਰਾ ਸਾਰਾ ਪਰਿਵਾਰ ਪੰਥ ਦੀ ਭੇਟਾ ਹੋਏਗਾ। ਜਿਹੜਾ ਇਤਿਹਾਸ ਦੱਸ ਰਿਹਾ ਹੈ, ਕਦੀ ਫਿਰ ਸਮਾਂ ਮਿਲਿਆ ਤਾਂ ਆਪਾਂ ਇਸ ਨੂੰ ਅੱਗੇ ਫਿਰ ਦੇਖਣ ਦਾ ਪਾਖਣ ਦਾ ਯਤਨ ਕਰਾਂਗੇ। ਤਾਂ ਸਾਹਿਬਾਂ ਨੇ ਪੰਜ ਪਿਆਰੇ ਸਾਜ ਕੇ ਅੰਮ੍ਰਿਤ ਇਸ ਲਈ ਵੀ ਛਕਿਆ, ਇੱਕ ਤਾਂ ਉਸ ਫੌਜ ਦੇ ਪਹਿਲੇ ਸਿਪਾਹੀ ਹੋਣ ਦਾ ਆਪ ਜੀ ਨੇ ਐਲਾਨ ਕੀਤਾ, ਦੂਸਰਾ
ਆਖਿਆ ਮੈਂ ਇਸ ਲਈ ਅੰਮ੍ਰਿਤ ਮੈਨੂੰ ਵੀ ਛਕਾਉ ਤਾਂ ਕਿ ਆਉਣ ਵਾਲੇ ਲੋਕ ਇਹ ਨਾ ਕਹਿਣ ਕਿ ਗੁਰੂ ਦੀ ਇਹ ਤਾਂ ਮਰਜ਼ਾਦਾ ਕੋਈ ਹੈ ਹੀ ਨਹੀਂ ਸੀ, ਉਹਨੇ ਲੋਕਾਂ ਨੂੰ ਅੰਮ੍ਰਿਤ ਛਕਾ, ਆਪ ਤਾਂ ਉਹਨੇ ਛਕਿਆ ਹੀ ਨਹੀਂ ਸੀ। ਇਸ ਲਈ ਸਹਿਬ ਨੇ ਪਹਿਲਾਂ ਆਪ ਅੰਮ੍ਰਿਤ ਛਕਿਆ, ਅੰਮ੍ਰਿਤ ਛਕ ਕੇ ਉਸ ਤੋਂ ਬਾਅਦ ਫਿਰ ਕਿੰਨੀਆਂ ਹਜ਼ਾਰਾਂ ਨੇ ਅੰਮ੍ਰਿਤ ਛਕੇ ਤਾਂ ਪੰਥ ਖਾਲਸਾ ਇਸ ਤਰ੍ਹਾਂ ਵਜੂਦ ਵਿੱਚ ਆਇਆ। ਤਾਂ ਇਸ ਪੰਥ ਨੇ ਫਿਰ ਉੱਠ ਕੇ ਉਹ ਜਿਹੜੇ ਹਮਲਾਵਰ ਆ ਕੇ ਹਿੰਦੁਸਤਾਨ ਦੀਆਂ ਧੀਆਂ ਨੂੰ, ਹਿੰਦੁਸਤਾਨ ਦੀਆਂ ਬਹੂਆਂ ਨੂੰ ਚੁੱਕ ਚੁੱਕ ਕੇ ਲੈ ਜਾਂਦੇ ਸੀ, ਉਹਨਾਂ ਨੂੰ ਜੇ ਉਸ ਜ਼ੁਲਮ ਦੇ ਹੜ੍ਹ ਨੂੰ ਜੇ ਠੱਲ ਪਾਈ ਤਾਂ ਖਾਲਸੇ ਨੇ ਪਾਈ। ਫਿਰ ਦਰਬਾਰ ਖੈਬਰ ਵਰਗੇ ਜਿਹੜੇ ਰਸਤੇ ਸੀ ਉਹਨਾਂ ਦੇ ਆਉਣ ਵਾਲੇ, ਉਹਨਾਂ ਸਾਰਿਆਂ 'ਤੇ ਆ ਕੇ ਖਾਲਸਾ ਆਪਣੀਆਂ ਛਾਤੀਆਂ ਡਾਹ ਕੇ ਪਹਾੜ ਵਾਂਗ ਡਟ ਕੇ ਉੱਥੇ ਖੜਾ ਹੋ ਗਿਆ, ਤਾਂ ਕਿ ਉੱਧਰ ਹਮਲਾਵਰ ਕੋਈ ਵੀ ਹਿੰਦੁਸਤਾਨ ਦੇ ਉੱਤੇ ਮੈਲੀ ਅੱਖ ਨਾਲ ਦੇਖ ਨਾ ਸਕੇ। ਤਾਂ ਸੰਗਤ ਜੀਓ, ਇਹ ਵਿਸਾਖੀ, ਇਸ ਵਿਸਾਖੀ ਨੂੰ ਇੱਕ ਛੋਟੀ ਜਿਹੀ ਚੀਜ਼ ਸ਼ਰਮਣ ਕਰੋ ਕਿ ਸਦੀਆਂ ਤੋਂ ਸੁੱਤੀ ਹੋਈ ਵੀਰਤਾ ਜਗਾਉਣ ਲਈ, ਸਦੀਆਂ ਤੋਂ ਜਦ ਗਿਣਦੀ ਨਹੀਂ ਕਦੋਂ ਤੋਂ, ਸਦੀਆਂ ਤੋਂ ਸੁੱਤੀ ਹੋਈ ਵੀਰਤਾ ਜਗਾਉਣ ਲਈ, ਸਦੀਆਂ ਤੋਂ ਸੁੱਤੀ ਹੋਈ ਵੀਰਤਾ ਜਗਾਉਣ ਲਈ ਆਈ ਹੈ ਵਿਸਾਖੀ ਜਿੰਦ ਮੋਹਿਆਂ ਵਿੱਚ ਪਾਉਣ ਲਈ। ਆਹ, ਸਦੀਆਂ ਤੋਂ ਸੁੱਤੀ ਹੋਈ ਵੀਰਤਾ ਨੇ ਅੱਖ ਪੁੱਟੀ ਕਦੋਂ, ਸਦੀਆਂ ਤੋਂ ਸੁੱਤੀ ਹੋਈ ਵੀਰਤਾ ਨੇ ਅੱਖ ਪੁੱਟੀ ਸੁਣੀ ਜਾਂ ਜੋਸ਼ੀਲੀ ਟਣਕਾਰ ਤਲਵਾਰ ਚੋਂ ਜਿਹੜੀ ਗੁਰੂ ਸਾਹਿਬ ਨੇ ਤੂਹੀ। ਸਦੀਆਂ ਤੋਂ ਸੁੱਤੀ ਹੋਈ ਵੀਰਤਾ ਨੇ ਅੱਖ ਪੁੱਟੀ ਸੁਣੀ ਜਾਂ ਜੋਸ਼ੀਲੀ ਟਣਕਾਰ ਤਲਵਾਰ ਚੋਂ, ਖੋਲ ਪਿਆ ਖੂਨ ਫਿਰ ਅਰਖ ਅਣਖ ਦਿਆਂ ਡੌਲਿਆਂ ਚ, ਪੁੱਟਣੇ ਲਈ ਕਾਇਰਤਾ ਦੀ ਜੜ ਸੰਸਾਰ ਚੋਂ, ਨੱਚੀਆਂ ਬਹਾਰਾਂ ਸੁੱਕੇ ਸੜੇ ਹਿੰਦ ਬਾਗ ਉੱਤੇ, ਡੁੱਲ ਡੁੱਲ ਪੈਂਦਾ ਰੂਪ ਹਰ ਫੁੱਲ ਖਾਰ ਚੋਂ, ਮੁਰਦਿਆਂ ਨੂੰ ਮਿਲਿਆ ਅਮੋਲ ਦਾਨ ਜ਼ਿੰਦਗੀ ਦਾ, ਪੀ ਕੇ ਇੱਕ ਘੁੱਟ ਤੇਰੀ ਪੌਣ ਖੰਡੇ ਧਾਰ ਚੋਂ। ਫਿਰ ਕੀ ਹੋਇਆ, ਆਈ ਕੋਈ ਵੱਖਰੀ ਸਵੇਰ ਸੀ ਜਹਾਨ ਉੱਤੇ, ਸੱਚ ਦਾ ਉਜਾਲਾ ਹੋਇਆ ਕੂੜ ਦੇ ਗਵਾਰ ਚੋਂ, ਆਈ ਕੋਈ ਵੱਖਰੀ ਸਵੇਰ ਸੀ ਜਹਾਨ ਉੱਤੇ, ਸੱਚ ਦਾ ਉਜਾਲਾ ਹੋਇਆ ਕੂੜ ਦੇ ਗਵਾਰ ਚੋਂ, ਭਈ ਸੱਚ ਦਾ ਉਜਾਲਾ ਹੋਇਆ ਕੂੜ ਦੇ ਗਵਾਰ ਚੋਂ, ਸੁੱਤੇ ਭਾਗ ਦੇਸ਼ ਤੇ ਜਗਾਏ ਗਏ ਤੇਗ ਨਾਲ, ਸੁੱਤੇ ਭਾਗ ਦੇਸ਼ ਤੇ ਜਗਾਏ ਗਏ ਤੇਗ ਨਾਲ, ਹੋ ਗਿਆ ਤੂਫਾਨ ਪੈਦਾ ਸੱਚ ਦੀ ਬੰਗਾਰ ਚੋਂ, ਮਨੂ ਦੇ ਖੰਡਾਏ ਹੋਏ ਮੋਤੀ ਫੇਰ ਇਕੱਠੇ ਕੀਤੇ, ਮਨੂ ਨੇ ਜਾਤਾਂ ਪਾਤਾਂ ਬਣਾ ਕੇ ਆਦਮੀ ਨੂੰ ਆਦਮੀ ਤੋਂ ਦੂਰ ਕੀਤਾ ਸੀ ਕਿ ਇਹਨਾਂ ਦੇ ਨੇੜੇ ਨਹੀਂ ਜਾਣਾ, ਸ਼ੂਦਰ ਆਦਿਕ ਮਨੂ ਨੇ ਪੈਦਾ ਕੀਤੇ, ਮਨੂ ਦੇ ਖੰਡਾਏ ਹੋਏ ਮੋਤੀ ਫੇਰ ਇਕੱਠੇ ਕੀਤੇ, ਮੁੜ ਕੇ ਪਰੋਏ ਹੈ ਸੀ ਟੁੱਟੇ ਜਿਹੜੇ ਹਾਰ ਚੋਂ, ਸਹਿਮੇ ਹੋਏ ਦਿਲਾਂ ਵਿੱਚ ਕੁੱਤ ਪਈ ਬਹਾਦਰੀ ਸੀ, ਪੀ ਕੇ ਇੱਕ ਘੁੱਟ ਤੇਰੀ ਪੌਲ ਖੰਡੇ ਧਾਰ ਚੋਂ, ਪੰਜ ਕੱਕੇ ਬਖਸ਼ੇ ਤੂੰ ਪੰਜਾਂ ਤੋਂ ਬਚਾਉਣ ਵਾਲੇ ਸੱਚੇ ਪਾਤਸ਼ਾਹ, ਪੰਜ ਕੱਕੇ ਬਖਸ਼ੇ ਤੂੰ ਪੰਜਾਂ ਤੋਂ ਬਚਾਉਣ ਵਾਲੇ, ਦਿੱਤੀਆਂ ਅਨੇਕ ਦਾਤਾਂ ਦਇਆ ਦੇ ਭੰਡਾਰ ਚੋਂ, ਹਿੰਮਤ ਪਿਆਰ ਅਤੇ ਏਕਤਾ ਦੇ ਚੱਪੂ ਲਾ ਕੇ ਕੰਢੇ ਤੇ ਲਗਾਈ ਬੇਰੀ ਕੱਟ ਮੱਝ ਧਾਰ ਚੋਂ, ਜਾਣ ਪੈ ਗਈ ਮੁੜ ਕੇ ਮਸੂਮਾਂ ਦੀਆਂ ਸਦਨਾਂ 'ਚ, ਮਿਲਿਆ ਜਾਂ ਸੱਚਾ ਸੁੱਚਾ ਪਿਆਰ ਤੇਰੇ ਪਿਆਰ ਚੋਂ, ਬਾਜਾ ਮਾਣ ਮੱਤਿਆਂ ਦੇ ਮਾਣ ਤੋੜੇ ਕੁਗੀਆਂ ਨੇ, ਪੀ ਕੇ ਇੱਕ ਘੁੱਟ ਤੇਰੀ ਪੌਲ ਖੰਡੇ ਧਾਰ ਚੋਂ। ਆਖਰੀ ਸਿਗਾ ਭਈ, ਵੇਖਿਆ ਸੀ ਮੂਸੇ ਨੇ ਕੋਹ ਤੂਰ ਉੱਤੇ ਨੂਰ, ਜਿਹੜਾ ਇੱਕ ਮਸ਼ਹੂਰ ਹੈ ਕਹਾਵਤ, ਇੱਕ ਹਿਸਟਰੀ ਹੈ ਕਿ ਜਿਹੜਾ ਮੂਸਾ ਪੈਗੰਬਰ ਸੀ ਮੁਸਲਮਾਨ, ਉਸ ਨੂੰ ਕੋਈ ਦੂਰ ਪਹਾੜ ਉੱਤੇ ਉਸ ਅਕਾਲ, ਉਸ ਨੇ ਜਦੋਂ ਮੰਗ ਕੀਤੀ ਤਾਂ ਉਹ ਨੂਰ ਜਦੋਂ ਸਾਹਮਣੇ ਆਇਆ ਤਾਂ ਉਹ ਚੱਲ ਨਾ ਸਕਿਆ। ਵੇਖਿਆ ਸੀ ਮੂਸੇ ਨੇ ਕੋ ਤੂਰ ਉੱਤੇ ਨੂਰ, ਜਿਹੜਾ ਉਹ ਨੂਰ ਜਿੱਠਾ ਤੇਰੀ ਤੇਗ ਲਸ਼ਕਾਰ ਚੋਂ, ਪਟ ਗਿਆ ਸਿਕੰਦਰ ਹੱਥੋਂ ਵੱਧ ਜਿਹਦੀ ਭਾਲ ਵਿੱਚ, ਆਵੇ ਹਿਆਤ ਨੂੰ ਲੱਭਦਾ ਅੰਮ੍ਰਿਤ ਨੂੰ ਲੱਭਦਾ ਸਿਕੰਦਰ ਮਰ ਗਿਆ ਸੀ।
ਪਟਕਿਆ ਸਿਕੰਦਰ ਹੱਦੋਂ ਵੱਧ ਜਿਹਦੀ ਭਾਲ ਵਿੱਚ ਉਹ ਲੱਭੀ ਉਹ ਅਮੁੱਲੀ ਦਾਤ ਤੇਰੇ ਦਰਬਾਰ ਚੋਂ ਫਿਰ ਆਪੇ ਮਰਨੇ ਦੀ ਜਾਚ ਤੂੰ ਸਿਖਾਈ ਜਿਵੇਂ ਖਾਲਸੇ ਨੂੰ ਮਰਨੇ ਦੀ ਜਾਚ ਤੂੰ ਸਿਖਾਈ ਜਿਵੇਂ ਖਾਲਸੇ ਨੂੰ ਆਉਂਦੀ ਇਹ ਆਵਾਜ਼ ਸਰਹੰਦ ਦੀ ਦੀਵਾਰ ਚੋਂ ਲੱਖਾਂ ਮੁਤਲਾਸ਼ੀ ਤੇਰੇ ਸਦਾ ਲਈ ਅਮਰ ਹੋ ਗਏ ਪੀ ਕੇ ਇੱਕ ਘੁੱਟ ਤੇਰੀ ਪੌੜ ਖੰਡੇ ਤਾਰ ਚੋਂ ਅਮਲ ਦੇ ਅੰਦਰ ਇੰਨੀ ਬਰਕਤ ਹਜ਼ੂਰ ਨੇ ਬਖਸ਼ਿਸ਼ ਕੀਤੀ ਤਾਂ ਸੰਗਤ ਜੀਓ ਮੁਬਾਰਕ ਹੋਵੇ ਇਹ ਵਿਸਾਖੀ ਸਾਰਿਆਂ ਨੂੰ ਇਸੇ ਤਰ੍ਹਾਂ ਅਸੀਂ ਵਿਸਾਖੀਆਂ ਮਨਾਉਂਦੇ ਰਹੀਏ ਇਹਨਾਂ ਵਿਸਾਖੀਆਂ ਨੂੰ ਮਨਾਉਣ ਦਾ ਤਾਂ ਲਾਭ ਤਾਂ ਹੀ ਆ ਜੇ ਅਸੀਂ ਇਸ ਵਿਸਾਖੀ ਦੇ ਪਰੰਪਰਾ ਨੂੰ ਇਸ ਵਿਸਾਖੀ ਦੇ ਹੁਕਮਾਂ ਨੂੰ ਵੀ ਧਾਰਨ ਕਰੀਏ ਅੱਜ ਅਸੀਂ ਇਹ ਵੀ ਪ੍ਰਣ ਕਰੀਏ ਕਿ ਅਸੀਂ ਗੁਰੂ ਬਾਣੀ ਪੜ੍ਹਨਾ ਹੈ ਜਿਸ ਅੰਮ੍ਰਿਤ ਦੀ ਦਾਤ ਨੇ ਜਿਸ ਅੰਮ੍ਰਿਤ ਨੇ ਨਿਰਬਲ ਕਮਜ਼ੋਰਾਂ ਹੀਣਿਆਂ ਦੇ ਅੰਦਰ ਇਹ ਸ਼ਕਤੀ ਭਰੀ ਇਹ ਹਿੰਮਤ ਭਰੀ ਕਿ ਉਹ ਚਿੜੀਆਂ ਵੀ ਬਾਜ਼ਾਂ ਦਾ ਮੁਕਾਬਲਾ ਕਰ ਸਕਣ ਇਹ ਅੰਮ੍ਰਿਤ ਦੀ ਦਾਤ ਤੋਂ ਅਸੀਂ ਵਾਂਝੇ ਨਾ ਰਹੀਏ ਸਾਨੂੰ ਵੀ ਚਾਹੀਦਾ ਕਿ ਅਸੀਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਅਤੇ ਦੂਸਰੀ ਗੱਲ ਕਈ ਲੋਕ ਬੜੇ ਬੜੇ ਵਹਿਮ ਪਾਉਂਦੇ ਜੇ ਤੁਸੀਂ ਅੰਮ੍ਰਿਤ ਛਕ ਲਿਆ ਤੁਸੀਂ ਨਹੀਂ ਕਰ ਸਕਦੇ ਤੁਸੀਂ ਨਹੀਂ ਇਹ ਸਭ ਕੁਝ ਭਰਮ ਭੁਲੇਖੇ ਪਾਏ ਜਾਂਦੇ ਨੇ ਕੋਈ ਭਰਮ ਭੁਲੇਖਾ ਨਹੀਂ ਹਜ਼ੂਰ ਨੇ ਐਨ ਸਾਰਾ ਕੁਛ ਸਾਫ਼ ਕੀਤਾ ਕਦੀ ਸਮਾਂ ਹੋਏਗਾ ਤਾਂ ਆਪਾਂ ਫਿਰ ਇਤਿਹਾਸ ਨੂੰ ਖੋਲਾਂਗੇ ਇਸ ਲਈ ਅੰਮ੍ਰਿਤ ਛਕਣ ਤੋਂ ਗੁਰੇਜ਼ ਨਾ ਕਰੋ ਅੰਮ੍ਰਿਤ ਛਕਣਾ ਕੀ ਕਹਿੰਦਾ ਕਿ ਬਾਣੀ ਪੜ੍ਹੋ ਅਤੇ ਗੁਰੂ 'ਤੇ ਭਰੋਸਾ ਅਤੇ ਗੁਰੂ ਦੇ ਹੁਕਮਾਂ ਨੂੰ ਆਪਣੇ ਅੰਦਰ ਧਾਰਨ ਕਰਨ ਦਾ ਯਤਨ ਕਰੋ ਗੁਰੂ ਦਾ ਪਿਆਰ ਆਪਣੇ ਅੰਦਰ ਪੈਦਾ ਕਰੋ ਤਾਂ ਇਸ ਲਈ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਸਾਰਿਆਂ ਨੂੰ ਗੁਰੂ ਕਿਰਪਾ ਕਰੇ ਸਾਨੂੰ ਵੀ ਇਹ ਦਾਤ ਪ੍ਰਾਪਤ ਹੋਵੇ ਸਾਨੂੰ ਇਹ ਦਾਤ ਨਸੀਬ ਹੋਵੇ ਤਾਂ ਹੁਣ ਅਗਲਾ ਜੋ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਸਤਿਕਾਰਯੋਗ ਦੱਸਣਗੇ ਭਾਈ ਗੁਰਦਾਸ ਸਿੰਘ ਜੀ ਤਾਂ ਅਸੀਂ ਇੰਨੀ ਸੇਵਾ ਤੋਂ ਬਾਅਦ ਆਪਸ ਖਿਮਾ ਦੀ ਜਾਚਨਾ ਕਰਦੇ ਹਾਂ ਅੱਜ ਆਸ ਹੈ ਸੇਵਾ ਨੂੰ ਪ੍ਰਵਾਨ ਕਰੋਗੇ ਕੋਈ ਵੀ ਕਿਸੇ ਵੀ ਕਿਸਮ ਦੀ ਭੁੱਲ ਹੋ ਗਈ ਹੋਵੇ ਤਾਂ ਸੰਗਤ ਗੁਰੂ ਰੂਪ ਹੈ ਉਸਨੂੰ ਆਪ ਹੀ ਸੁਧਾਰ ਲੈਣ ਦੀ ਕਿਰਪਾਲਤਾ ਕਰਨੀ ਅਤੇ ਦਸਰਿਆਂ ਲਈ ਅਰਦਾਸ ਕਰਨੀ ਕਿ ਆਉਣ ਵਾਲੇ ਸਮੇਂ 'ਚ ਕਿਸੇ ਚੰਗੇ ਸੋਹਣੇ ਸੁਚੰਜੇ ਢੰਗ ਨਾਲ ਆਪ ਸੰਗਤਾਂ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਤਲਾਸ਼ੀ ਸਾਹਿਬ ਜੀ ਨੇ ਆਪ ਜੀ ਨੂੰ ਅੱਜ ਤਕਰੀਬਨ ਹਿਸਟਰੀ ਦੇ ਨਾਲ ਹੀ ਜੋੜਿਆ ਹੈ ਬੜੇ ਹੀ ਸੁਚੱਜੇ ਢੰਗ ਦੇ ਨਾਲ ਆਪ ਜੀ ਨੇ ਬਿਆਨ ਕੀਤਾ ਹੈ ਕਿ ਦਰਸ਼ਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਗਾਥਾ ਵਿੱਚ ਦੱਸਦੇ ਹਨ ਕਿ ਮੈਂ ਕਿਸ ਕਾਰਨ ਇਸ ਸੰਸਾਰ ਵਿੱਚ ਆਇਆ ਜੋ ਮੁਤਲਾਸ਼ੀ ਸਾਹਿਬ ਨੇ ਦੱਸਿਆ ਹੈ ਮੈਨੂੰ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ ਹੈ ਲੇਕਿਨ ਕੁਝ ਗੱਲਾਂ ਮੈਂ ਜ਼ਰੂਰ ਆਖਾਂਗਾ ਇਤਿਹਾਸਿਕ ਤੌਰ ਦੇ ਉੱਤੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਰਨ ਦੀ ਲੋੜ ਕਿਉਂ ਪਈ ਹੈ ਆਪ ਜੀ ਜੇ ਕਿਤੇ ਪਿਛੋਕੜ ਵਿੱਚ ਆਓ ਗੀਤਾ ਦੇ ਵਿੱਚ ਜੋ ਮਹਾਂਭਾਰਤ ਦੇ ਵਿੱਚ ਕ੍ਰਿਸ਼ਨ ਨੇ ਰੋਲ ਅਦਾ ਕੀਤਾ ਉਹੀ ਰੋਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਲਯੁੱਗ ਦੇ ਵਿੱਚ ਅਦਾ ਕੀਤਾ ਅਤੇ ਸਤਯੁੱਗ ਦੇ ਵਿੱਚ ਵੀ ਇਹ ਸ਼ਾਇਦ ਤ੍ਰੇਤੇ ਦੇ ਵਿੱਚ ਆਪ ਜੀ ਨੂੰ ਸਭਨਾਂ ਨੂੰ ਪਤਾ ਹੈ ਭਗਵਾਨ ਰਾਮ ਕਿਵੇਂ ਸੀਤਾ ਨੂੰ ਹਰਿਆ ਗਿਆ ਰਾਵਣ ਦੇ ਜ਼ਰੀਏ ਅਤੇ ਕਿਸ ਤਰ੍ਹਾਂ ਉਸਨੂੰ ਚੜਾਇਆ ਗਿਆ ਕੀ ਕੁਛ ਹੋਇਆ ਉਸਦੇ ਵਿੱਚ ਬ੍ਰਜਾਦਾ ਪੁਰਸ਼ੋਤਮ ਰਾਮ ਦੀ ਉਹ ਕਹਾਣੀ ਹੈ ਜਿਹੜੀ ਕਹਾਣੀ ਸਾਡੇ ਰਗਾ ਰਗਾਂ ਦੇ ਵਿੱਚ ਵੱਸ ਰਹੀ ਹੈ ਕ੍ਰਿਸ਼ਨ ਭਗਵਾਨ ਦੀ ਕਹਾਣੀ ਮਹਾਂਭਾਰਤ ਦੇ ਯੁੱਧ ਦੇ ਨਾਲ ਸੰਬੰਧਿਤ ਹੈ ਉਹ ਵੀ ਸਾਡੇ ਰਗਾਂ ਦੇ ਵਿੱਚ ਘੁੰਮ ਰਹੀ ਹੈ ਕਿਉਂਕਿ ਇਸ ਦਾ ਜੋ ਪ੍ਰਚਾਰ ਹਿੰਦੁਸਤਾਨ ਦੇ ਵਿੱਚ ਹੁੰਦਾ ਰਿਹਾ ਪਿੰਡਾਂ ਦੇ ਵਿੱਚ ਜਿਹਨਾਂ ਪਿੰਡਾਂ ਵਿੱਚ ਖਾਸ ਕਰਕੇ ਹਿੰਦੂ ਮੈਜੋਰਟੀ ਸੀ
ਜਿਸ ਤਰ੍ਹਾਂ ਰਾਜਪੂਤਾਂ ਦੇ ਪਿੰਡ ਸਨ, ਬ੍ਰਾਹਮਣਾਂ ਦੇ ਪਿੰਡ ਸਨ, ਉਹਨਾਂ ਪਿੰਡਾਂ ਦੇ ਜਿਹੜੇ ਜਿਸ ਤਰ੍ਹਾਂ ਸਾਡਾ ਪਿੰਡ ਰਾਜਪੂਤਾਂ ਸੀ, ਉਸ ਦੇ ਵਿੱਚ ਆਮ ਤੌਰ 'ਤੇ ਇਹ ਮਹਾਭਾਰਤ ਅਤੇ ਰਾਮਾਇਣ ਦੀਆਂ ਕਥਾ ਜਿਹੜੇ ਸਨ ਇਹ ਸਾਲ ਦੇ ਵਿੱਚ ਜ਼ਰੂਰ ਇੱਕ ਦਫ਼ਾ ਹੁੰਦੀ ਸੀ ਅਤੇ ਉਸ ਦੇ ਵਿੱਚੋਂ ਸਾਰੇ ਹੀ ਜੀਵਨ ਦੇ ਜੋ ਸਾਡੇ ਤਰੀਕੇ ਹਨ ਰਹਿਣ ਦੇ ਉਹਨਾਂ ਦੇ ਉੱਤੇ ਇਹ ਰੋਸ਼ਨੀ ਪਾਈ ਜਾਂਦੀ ਸੀ ਕਿਵੇਂ ਆਪਣੇ ਕਰੈਕਟਰ ਨੂੰ ਉੱਚਾ ਕਰਨਾ ਹੈ। ਜਿਸ ਤਰ੍ਹਾਂ ਸੀਤਾ ਦਾ ਕਰੈਕਟਰ ਸ਼੍ਰੀ ਰਾਮ ਮਰਿਆਦਾ ਪੁਰਸ਼ੋਤਮ ਅਤੇ ਇਸ ਤਰ੍ਹਾਂ ਹੀ ਭਗਵਾਨ ਕ੍ਰਿਸ਼ਨ ਜਿਹਨੇ ਦੁਰਯੋਧਨ ਦਾ ਜੋ ਖਾਣਾ ਹੈ ਉਸਨੂੰ ਛੱਡ ਕੇ ਬਿਦਰ ਦਾ ਖਾਣਾ ਕਬੂਲ ਕੀਤਾ, ਕਿਉਂ ਪੀਲਣੀ ਦੇ ਪਏ ਆਦਿ ਇਹ ਚੀਜ਼ਾਂ ਜਿਹੜੀਆਂ ਹਨ ਇਹ ਸਾਡੇ ਨਾਲ ਸਾਰੀਆਂ ਸੰਬੰਧਿਤ ਹਨ ਔਰ ਸਾਰੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਰੀ ਇਹ ਸਭ ਚੀਜ਼ਾਂ ਦਰਜ ਕੀਤੀਆਂ ਹੋਈਆਂ। ਇਸੀ ਤਰ੍ਹਾਂ ਹੀ ਜਿਹੜਾ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਇਹਦਾ ਤੁਲਕ ਸਿੱਧਾ ਇਸ ਗੱਲ ਦੇ ਨਾਲ ਹੈ ਕਿ ਹਿੰਦੁਸਤਾਨ ਨੂੰ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਸ਼ਖਸੀਅਤ ਦੀ ਲੋੜ ਪਈ। ਇਹ ਚਾਲੂ ਉਸ ਵੇਲੇ ਹੋਈ ਜਿਸ ਵੇਲੇ ਬਾਬਰ ਨੇ ਹਮਲਾ ਕੀਤਾ ਹਿੰਦੁਸਤਾਨ ਦੇ ਉੱਤੇ, ਉਸ ਵੇਲੇ ਦੀ ਕੀ ਹਾਲਤ ਸੀ, ਐਮਨਾਬਾਦ ਦੇ ਵਿੱਚ ਕੀ ਕੁਝ ਹੋਇਆ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਆਪਣੇ ਕਰਮ ਦੇ ਨਾਲ ਲਿਖਿਆ ਖੁਰਾਸਾਨ ਕਸਬਾਨ ਨੇ ਕੀਆ ਹਿੰਦੁਸਤਾਨ ਡਰਾਇਆ, ਇਹ ਜਿਹੜੀਆਂ ਕਹਾਣੀ ਹੈ ਉਹ ਸਾਰੀ ਦੱਸੀ ਔਰ ਉਸੇ ਬਾਬਰ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਜੇਲ੍ਹ ਦੇ ਵਿੱਚ ਟੱਕਿਆ ਬਾਕੀ ਸੰਤਾਂ ਸਾਧੂਆਂ ਦੇ ਨਾਲ। ਉਸੇ ਗੁਰੂ ਨਾਨਕ ਨੇ ਜੋ ਕੁਛ ਹੋਇਆ ਐਮਨਾਬਾਦ ਦੇ ਵਿੱਚ ਉਸ ਦੇ ਉੱਤੇ ਜ਼ਿਕਰ ਕੀਤਾ ਕਿ ਇੱਥੀ ਮਾਰ ਪਈ ਗੁਰੂ ਰਾਣੇ ਤੈਂ ਕੀ ਦਰਦ ਨਾ ਆਇਆ ਔਰ ਬਾਬਰ ਨੂੰ ਉਂਗਲੀ ਉਠਵਾ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਹਾ ਤੂੰ ਜ਼ੁਲਮ ਕਰ ਰਿਹਾ। ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਨੂੰ ਤਲਵਾਰ ਉਠਾਉਣੀ ਪਈ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਔਰ ਮੂਲਾਂ ਦੇ ਨਾਲ ਚਾਰ ਲੜਾਈਆਂ ਛੇਵੇਂ ਪਾਤਸ਼ਾਹ ਨੇ ਕੀਤੀਆਂ। ਉਹਨਾਂ ਦੇ ਪਿੱਛੇ ਕੁਛ ਅਸੂਲ ਸਨ ਕਿਉਂ ਕਿਉਂਕਿ ਹਿੰਦੁਸਤਾਨ ਨੂੰ ਜਿਵੇਂ ਭਾਈ ਸਾਹਿਬ ਦੱਸ ਕੇ ਗਏ ਹਨ ਤਕਰੀਬਨ 7-8 ਸਾਲ ਤੋਂ ਪਹਿਲਾਂ ਦਬਾਇਆ ਗਿਆ ਸੀ। ਇੱਕ ਨਹੀਂ ਮੁਗਲ ਤਾਂ ਬਾਅਦ ਵਿੱਚ ਆਏ ਨੇ, ਸਭ ਨਾਲ ਬਾਅਦ ਮੁਗਲ 'ਚ ਆਏ, ਪਹਿਲਾਂ ਹੋਰ ਆਏ, ਗਜ਼ਨਵੀ ਆਇਆ, ਗੌਰੀ ਆਏ, ਖਿਲਜੀ ਖਾਨਦਾਨ ਆਇਆ, ਬਲਵੰਤ ਖਾਨਦਾਨ ਆਇਆ, ਤੁਗਲਕ ਆਏ, ਇਹ ਇਹ ਸਾਰੇ ਹੀ ਇਸ ਤੋਂ ਪਹਿਲਾਂ ਆਏ। ਫਿਰ ਬਾਅਦ ਵਿੱਚ ਲੋਧੀ ਆਏ ਜੋ ਗੁਰੂ ਨਾਨਕ ਦੇਵ ਵੇਲੇ ਸਨ, ਉਹਨਾਂ ਦੇ ਉੱਤੇ ਆ ਕੇ ਮੁਗਲਾਂ ਨੇ ਹਮਲਾ ਕੀਤਾ ਬਾਬਰ ਨੇ। ਅਤੇ ਇਹ ਸਿੱਖੀ ਦਾ ਤਕਰੀਬਨ ਤਕਰੀਬਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਖੀਰ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਹ ਚੱਲਦਾ ਰਿਹਾ ਕੋਲ। ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਹੱਈਆ ਬਣਾ ਲਿਆ ਸੀ ਕਿ ਜੋ ਮੇਰੇ ਬਾਬੇ ਨੇ ਤਲਵਾਰ ਉਠਾਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਕਿਸ ਵਾਸਤੇ ਉਠਾਈ ਗਈ ਅਤੇ ਹੁਣ ਜੇ ਇਸਦਾ ਖਾਤਮਾ ਕਰਨਾ ਹੈ, ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਜ਼ੁਲਮ ਹੈ ਮੁਗਲਾਂ ਦਾ, ਉਸ ਨੂੰ ਠੱਲ ਪਾਉਣੀ ਹੈ ਅਤੇ ਇਹ ਜ਼ਰੂਰ ਖਾਲਸਾ ਪੈਦਾ ਕਰਨਾ ਪਏਗਾ। ਮਹਾਰਾਜ ਨੇ ਬੜੀ ਦੇਰ ਇਸਦੇ ਉੱਤੇ ਆਪਣੇ ਮਨ ਦੇ ਵਿੱਚ ਖਿਆਲ ਬੜਾਏ। ਸਾਰੇ ਹੀ ਉਸ ਵੇਲੇ ਬਹੁਤੀ ਉਮਰ ਨਹੀਂ ਸੀ ਮਹਾਰਾਜ ਦੀ ਜਿਸ ਵੇਲੇ ਪਹਿਲੀ ਜਿਹੜੀ ਲੜਾਈ ਹੋਈ ਹੈ ਪੰਡਿਤ ਸਾਹਿਬ ਦੇ ਕੋਲ ਭੰਗਾਣੀ ਦੀ ਜੁੱਧ, ਉਹ ਪਹਿਲੀ ਲੜਾਈ ਸੀ ਮਹਾਰਾਜ ਨੇ ਜੋ ਪਹਾੜੀ ਰਾਜੇ ਨੇ ਕੀਤੀ, ਉਸ ਵੇਲੇ ਮੁਗਲ ਨਹੀਂ ਸੀ ਕੋਈ। ਲੇਕਿਨ ਜੋ ਭਾਈ ਸਾਹਿਬ ਜੀ ਨੇ ਵਚਨ ਕੀਤੇ ਹਨ ਕਿ ਜਿਹੜੇ ਇਹ ਹਿੰਦੂ ਰਾਜੇ ਸਨ, ਸਲਤਨਤ ਸਟੇਟਾਂ ਸਨ, ਇਹ ਸਾਰੀਆਂ ਹੀ ਸਟੇਟਾਂ ਦੇ ਹਾਲਤ ਐਸੀ ਹੋ ਚੁੱਕੀ ਸੀ 7-8 ਸਾਲ 100 ਸਾਲ ਦੇ ਵਿੱਚ ਕਿ ਕੋਈ ਵੀ ਆਦਮੀ ਉਂਗਲੀ ਨਹੀਂ ਸੀ ਉਠਾ ਸਕਦਾ ਤੇ ਇੱਕ ਪਾਸੇ ਰਹੇ ਰਾਜੇ ਮਹਾਰਾਜੇ ਉਂਗਲੀ ਨਹੀਂ ਸੀ ਉਠਾ ਸਕਦੇ। ਜੋ ਵੀ ਉਹ ਕਰਦੇ ਸਨ ਉਹ ਕਬੂਲ ਕਰਨੀ ਪੈਣੀ ਸੀ। ਜੋਧਾ ਬਾਈ ਦੀ ਗੱਲ ਕੀਤੀ ਹੈ ਆਪ ਜੀ ਨੇ, ਮੈਂ ਹੁਣੇ ਹੁਣ ਥੋੜ੍ਹਾ ਚਿਰ ਬਿਆ ਗਿਆ 3 ਕੁ ਮਹੀਨੇ ਜਾ ਕੇ ਆਏ ਹਾਂ ਅਸੀਂ ਜੈਪੁਰ ਗਏ ਹਾਂ। ਉੱਥੇ ਜੈਪੁਰ ਦਾ ਜੋ ਸਿਪਾ ਸਲਾਰ ਸੀ ਅਕਬਰ ਦਾ ਉਹ ਸੀ ਰਾਜਾ ਮਾਨ ਸਿੰਘ। ਰਾਜਾ ਮਾਨ ਸਿੰਘ ਦੀ ਭੂਆ ਇਹ ਜੋਧਾ ਬਾਈ ਸੀ। ਤੋ ਇਹਨਾਂ ਸਾਰਿਆਂ ਤੋਂ ਤੁਲਕ ਰਿਹਾ ਹੈ, ਭਾਵੇਂ ਕਿੱਡੇ ਕਿੱਡੇ ਬੜੇ ਰਾਜੇ ਸਨ ਲੇਕਿਨ ਆਪਣੀ ਸਲਤਨਤ ਨੂੰ ਚਲਾਉਣ ਵਾਸਤੇ, ਆਪਣੀ ਰਿਆਸਤ ਨੂੰ ਚਲਾਉਣ ਵਾਸਤੇ ਇਹ ਜੋ ਵੱਡੇ ਉੱਪਰਲੇ ਮਾਨ ਸ਼ਹਿਨਸ਼ਾਹ ਸਨ ਉਹਨਾਂ ਦੇ ਅੱਗੇ ਇਹ ਮੱਥੇ ਟੇਕਦੇ ਸਨ, ਇਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਐਸੀ ਹਾਲਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਕਦਮ ਉਠਾਇਆ, ਆਪਣਾ ਸਰਬੰਸ ਵਾਰਿਆ ਔਰ ਇਸੀ ਕਾਰਨ ਬਾਬਾ ਬੰਦਾ ਬਹਾਦਰ ਜੀ ਨੇ ਇਸ ਜੋ ਬੀੜਾ ਹੈ ਉਹ ਚੱਕਿਆ ਕਿ ਮੁਗਲਾਂ ਦਾ ਹੁਣ ਸਤਿਆਨਾਸ਼ ਕੀਤਾ ਜਾਏਗਾ। ਜਿਸ ਵੇਲੇ ਉਸ ਨੂੰ ਉਹਨਾਂ ਨੂੰ ਪਤਾ ਲੱਗਾ ਕਿ 4 ਸਾਹਿਬਜ਼ਾਦੇ ਸ਼ਹੀਦ ਹੋਏ ਹਨ, ਮਹਾਰਾਜ ਜੀ ਦੇ ਪਿਤਾ ਜੀ ਪਹਿਲਾਂ ਸ਼ਹੀਦ ਹੋ ਚੁੱਕੇ, ਉਹਨਾਂ ਦੀ ਮਾਤਾ ਗੁਜਰੀ ਵੀ
ਸਰਹੰਦ ਵਿੱਚ ਸ਼ਹੀਦ ਹੋਏ ਅਤੇ ਫਿਰ ਬਾਬਾ ਬੰਦਾ ਬਹਾਦਰ ਨੇ ਉਹਦਾ ਬਦਲਾ ਲੈਣ ਵਾਸਤੇ, ਇਸ ਵਿੱਚ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਦਲਾ ਲਿਆ। ਮਹਾਰਾਜ ਦੇ ਦਿਲ 'ਚ ਕੋਈ ਬਦਲ ਲੈਣ ਦੀ ਗੱਲ ਨਹੀਂ ਸੀ, ਲੇਕਿਨ ਬੰਦਾ ਬਹਾਦਰ ਜੋ ਆਇਆ ਹੈ ਉਸਨੇ ਬਦਲਾ ਲੈਣ ਦੀ ਨੀਅਤ ਨਾਲ ਆਇਆ ਔਰ ਐਸਾ ਉਸਨੇ ਕਸਮਾਨ ਪਾਇਆ ਲੈ ਕੇ ਹੰਸੀ ਹਿਸਾਰ ਤੋਂ ਸਰਹੰਦ ਤੱਕ ਕੋਈ ਵੀ ਮੁਸਲਮਾਨ ਸ਼ਹਿਰ ਦੇ ਵਿੱਚ ਇੱਕ ਵੀ ਬੰਦਾ ਜਿੰਦਾ ਨਹੀਂ ਛੱਡਿਆ। ਔਰ ਅਖੀਰ ਸਰਹੰਦ ਦੇ ਵਿੱਚ ਆ ਕੇ ਉਸਨੇ ਵਜ਼ੀਰ ਖਾਨ ਨੂੰ ਸਜ਼ਾ ਦਿੱਤੀ ਚੱਪੜਚਿੜੀ ਦੇ ਮੈਦਾਨ ਦੇ ਵਿੱਚ। ਇੱਕ ਖਾਲਸੇ ਦਾ ਕਿਰਦਾਰ ਜੋ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੈਦਾ ਕੀਤਾ। ਇਹੀ ਕਾਰਨ ਸੀ ਕਿ ਬੰਦਾ ਬਹਾਦਰ ਤੋਂ ਬਾਅਦ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ 300 ਸਾਲ ਤੋਂ ਵੱਧ ਸਮੇਂ ਦੇ ਵਿੱਚ ਬਾਬਾ ਬੰਦਾ ਬਹਾਦਰ ਜੀ ਨੂੰ ਸਿੱਖਾਂ ਨੇ ਮੂੰਹ ਨਹੀਂ ਲਾਇਆ। ਅੱਜ 5-7 ਸਾਲ ਤੋਂ ਪਹਿਲਾਂ ਸ਼ੁਰੂ ਹੋਇਆ ਹੈ ਇਹ ਗੱਲ ਕਹਿਣੀ ਕਿ ਬਾਬਾ ਬੰਦਾ ਬਹਾਦਰ ਜੀ ਨੇ ਰਾਜ ਕਾਇਮ ਕੀਤਾ ਪਹਿਲਾਂ, ਭਾਵੇਂ ਉਹ 9 ਮਹੀਨੇ ਰਿਹਾ ਲੇਕਿਨ ਕੀਤਾ ਹੈ। ਅਤੇ ਬਾਅਦ ਦੇ ਵਿੱਚ ਫਿਰ ਇਸਲਾਮੀਆਂ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਆਪਣਾ ਕਾਇਮ ਕੀਤਾ ਜੋ ਤਕਰੀਬਨ 50 ਸਾਲ ਦੇ ਕਰੀਬ ਹੋਇਆ। ਸੋ ਇਹ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਹੈ ਬਹੁਤ ਵੱਡੀ, ਸਾਰੇ ਹੀ ਹਿੰਦੁਸਤਾਨ ਨੂੰ, ਪੰਜਾਬ ਨੇ ਸਾਰੇ ਹਿੰਦੁਸਤਾਨ ਨੂੰ ਇਹ ਦੇਣ ਹੈ। ਪਹਿਲੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਬੜੀ ਵੱਡੀ ਦੇਣ ਹੈ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੀੜਾ ਚੱਕਿਆ, ਦੋਨਾਂ ਹੀ ਆਪਣੇ ਪੜਦਾਦਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਆਪਣੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਇਹਨਾਂ ਦਾ ਉਹਨਾਂ ਨੇ ਤਹੀਆ ਕਰ ਲਿਆ ਕਿ ਹੁਣ ਅੱਗੇ ਤੋਂ ਐਸਾ ਕੰਮ ਨਹੀਂ ਹੋਣ ਦਿੱਤਾ ਜਾਏ। ਔਰ ਹੋਇਆ, ਮੁਗਲ ਰਾਜ ਦੀ ਜੜ ਪੱਟੀ ਗਈ। ਬਹੁਤ ਸਾਰੀਆਂ ਹਿਸਟਰੀਆਂ ਜਿਸ ਨੂੰ ਦੁਹਰਾਇਆ ਜਾ ਸਕਦਾ ਹੈ ਇੱਥੇ, ਲੇਕਿਨ ਸਮਾਂ